ਸਿੰਘ ਦੇ ਨਾਲ ਖਾਸ ਗੱਲਬਾਤ ਕੀਤੀ। ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਨੇ ਉਹ ਕੀ ਕੁਝ ਕਹਿੰਦੇ ਵਿਖਾਈ ਦਿੱਤੇ, ਆਓ ਸੁਣਦੇ ਹਾਂ। ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਵੱਖ ਵੱਖ ਗੱਲਾਂ ਹਰ ਪਲੇਟਫਾਰਮ ਤੇ ਮਿਲ ਰਹੀਆਂ ਹੈ, ਚਾਹੇ ਟੀਵੀ ਹੋਵੇ ਜਾਂ ਸੋਸ਼ਲ ਮੀਡੀਆ। ਲੇਕਿਨ ਸੋਸ਼ਲ ਮੀਡੀਆ ਤੇ ਇੱਕ ਸ਼ਖਸ ਨੇ ਜਿਹਨਾਂ ਦਾ ਨਾਮ ਹੈ ਡਾਕਟਰ ਪਰਮਜੀਤ ਸਿੰਘ, ਕਾਫੀ ਜ਼ਿਆਦਾ ਫੇਮਸ ਨੇ ਸੋਸ਼ਲ ਮੀਡੀਆ ਤੇ। ਅੱਜ ਕੱਲ੍ਹ ਕੋਰੋਨਾ ਵਾਇਰਸ ਨੂੰ ਲੈ ਕੇ ਲੋਕੀ ਉਹਨਾਂ ਤੇ ਬਹੁਤ ਗੱਲ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਡਾਕਟਰ ਸਾਹਿਬ ਆਖਰ ਇੰਨੀ ਜ਼ਿਆਦਾ ਕੋਰੋਨਾ ਦੀ ਗੱਲ ਕਿਉਂ ਕਰ ਰਹੇ ਹੋ। ਡਾਕਟਰ ਸਾਹਿਬ, ਤੁਹਾਡੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓ ਚੱਲ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਾਸਕ ਨੂੰ ਲਗਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ, ਕਿਉਂ? ਨਹੀਂ ਜੀ, ਏਦਾਂ ਨਹੀਂ ਹੈ। ਬੇਸਿਕਲੀ ਅਸੀਂ ਇਹ ਨਹੀਂ ਕਹਿ ਰਹੇ ਕਿ ਮਾਸਕ ਨਹੀਂ ਲਗਾਉਣਾ, ਅਸੀਂ ਕਹਿ ਰਹੇ ਹਾਂ ਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹਨੂੰ ਮਾਸਕ ਲਗਾਉਣਾ ਹੈ ਤੇ ਕਦੋਂ ਲਗਾਉਣਾ। ਆਪਣੇ ਘਰ ਦੇ ਵਿੱਚ ਮਾਸਕ ਲਗਾ ਕੇ ਬੈਠੋਗੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਜਿਹੜੇ ਏਰੀਆ 'ਚ, ਮੰਨ ਲਓ ਆਪਣੇ ਇਸ ਇੰਦਰਪੁਰਮ ਏਰੀਆ ਹੈ, ਜਿਹੜਾ ਵੀ ਦਿੱਲੀ ਏਰੀਆ, ਉਸ ਏਰੀਆ 'ਚ ਮੰਨ ਲਓ ਦੋ ਚਾਰ ਪੇਸ਼ੈਂਟਸ ਇਕੱਠੇ ਮਿਲ ਗਏ ਕਿਸੇ ਏਰੀਆ 'ਚ, ਉਸ ਏਰੀਆ 'ਚ ਮਾਸਕ ਲਾਉਣ ਦੀ ਲੋੜ। ਜਿਹੜਾ ਲੋਕ ਹੱਥ ਧੋ ਰਹੇ ਨੇ ਜਾਂ ਸੈਨੇਟਾਈਜ਼ਰ ਯੂਜ਼ ਕਰ ਰਹੇ ਨੇ, ਕਿ ਜੇ ਪਾਣੀ ਨਹੀਂ ਹੈਗਾ, ਸਾਬਣ ਨਹੀਂ ਹੈਗਾ ਤਾਂ ਸੈਨੇਟਾਈਜ਼ਰ ਯੂਜ਼ ਕਰੋ, ਇਹ ਸੈਨੇਟਾਈਜ਼ਰ ਕਿੰਨਾ ਜ਼ਰੂਰੀ ਹੈ ਇਸਤੇਮਾਲ ਕਰਨਾ, ਜਾਂ ਹੱਥ ਬਾਰ ਬਾਰ ਧੋਣੇ ਕਿੰਨੇ ਜ਼ਰੂਰੀ? ਹੱਥ ਬਾਰ ਬਾਰ ਧੋਣੇ ਜ਼ਰੂਰੀ ਨਹੀਂ ਹੈ। ਜਿੰਨਾ ਪੈਨਿਕ ਸਿਚੁਏਸ਼ਨ ਕੀਤਾ ਹੋਇਆ ਹੈ ਕਿ ਲੋਕੀ ਕੀ ਕਰ ਰਹੇ ਨੇ, 5 ਮਿੰਟ ਬਾਅਦ ਹੱਥ ਧੋ ਲਏ, ਫਿਰ 5 ਮਿੰਟ ਬਾਅਦ ਹੱਥ ਧੋ ਲਏ, ਬਿਨਾਂ ਕੋਈ ਕਾਰਨ ਦੇ ਹੱਥ ਧੋ ਲਏ ਜਾਂ ਸੈਨੀਟਾਈਜ਼ਰ ਯੂਜ਼ ਕਰ ਲਿਆ, ਉਹਦੀ ਲੋੜ ਨਹੀਂ ਹੈਗੀ। ਸਿਰਫ ਆਪਣੇ ਫੇਸ ਨੂੰ ਹੱਥ ਲਾਉਣ ਤੋਂ ਪਹਿਲਾਂ ਤੁਹਾਨੂੰ ਹੱਥ ਧੋਣਾ। ਅੱਛਾ, ਦਵਾਈ ਦੀ ਜੇਕਰ ਗੱਲ ਕਰੀਏ ਕਿ ਮੈਡੀਸਨ ਜੇਕਰ ਕਿਸੇ ਨੂੰ ਦਿੱਕਤ ਹੋਵੇ, ਲੱਛਣ ਕੀ ਨੇ ਉਹਦੇ ਜੇਕਰ ਪਹਿਲਾਂ ਦੇ ਜਾਣਾ? ਦੇਖੋ, ਵਾਇਰਲ ਬਿਮਾਰੀ ਕੋਈ ਵੀ ਹੋਵੇ, ਠੀਕ ਹੈ, ਅੱਜ ਤੇ ਇਹ ਵਾਇਰਸ ਹੈ, ਉਹਦੀ ਅੱਜ ਤੱਕ ਕੋਈ ਮੈਡੀਸਨ ਬਣੀ ਨਹੀਂ ਸਕਦੀ ਹੈ, ਉਹਦੀ ਲੋੜ ਹੀ ਨਹੀਂ ਹੈਗੀ। ਵਾਇਰਲ ਮੈਡੀਸਨ ਦੀ, ਐਂਟੀਵਾਇਰਲ ਮੈਡੀਸਨ ਜਿਹੜੇ ਆਉਂਦੇ ਵੀ ਆ ਕਿਸੇ ਕਿਸੇ ਬਿਮਾਰੀ ਵਾਸਤੇ, ਚਾਹੇ ਹੈਪੇਟਾਈਟਿਸ ਬੀ ਵਾਸਤੇ, HIV ਵਾਸਤੇ, ਉਹ ਸਿਰਫ ਵਾਇਰਸ ਦੀ ਮਲਟੀਪਲੀਕੇਸ਼ਨ ਰੋਕਣ ਨੂੰ ਆਉਂਦੇ ਆ। ਉਹ ਵਾਇਰਸ ਦੀ ਮਲਟੀਪਲੀਕੇਸ਼ਨ ਪ੍ਰੋਸੈਸ ਸਮਝ ਕੇ ਉਹਨੂੰ ਰੋਕਣ ਵਾਸਤੇ ਮੈਡੀਸਨ ਦਿੰਦੇ ਆ। ਮਾਰਦੀ ਬੋਡੀ ਆਪ ਹੈ, ਮਾਰਦੀ ਬੋਡੀ ਆਪ ਹੈ, ਰੋਕਦੀ ਬੋਡੀ ਆਪ ਹੈ। ਤਾਂ ਤੁਹਾਡੇ ਅੰਦਰ ਆਲਰੇਡੀ ਸਿਸਟਮ ਬਣਿਆ ਹੋਇਆ ਹੈ ਵਾਇਰਸ ਨੂੰ ਮਾਰਨ ਦਾ। ਆਲ ਯੂ ਨੀਡ ਟੂ ਡੂ ਇਜ਼ ਸਟੇ ਹੈਲਦੀ, ਆਲ ਯੂ ਨੀਡ ਟੂ ਡੂ ਇਜ਼ ਪ੍ਰੀਵੈਂਟ ਕਿ ਵਾਇਰਸ ਚਲਾ ਵੀ ਜਾਏ ਤਾਂ ਤੁਸੀਂ ਹੈਲਦੀ ਹੋ। ਉਹਦੇ ਲਈ ਕੋਈ ਨੁਸਖੇ ਦੀ ਲੋੜ ਨਹੀਂ ਹੈ, ਉਹਦੇ ਲਈ ਕੋਈ ਗੋਲੀ ਦੀ ਲੋੜ ਨਹੀਂ ਹੈ, ਬਟ ਆਬਵੀਅਸਲੀ ਯੂ ਹੈਵ ਟੂ ਡੂ ਯੋਰ ਹੈਲਥ ਚੈੱਕਅਪ। ਲੋਕੀ ਵਿਟਾਮਿਨ ਸੀ ਦੀਆਂ ਗੋਲੀਆਂ ਲੈ ਰਹੇ ਨੇ ਕਿ ਵਿਟਾਮਿਨ ਸੀ ਖਾ ਲਈਏ, ਜਾਂ ਅਸੀਂ ਸੰਤਰਾ ਖਾ ਲਈਏ, ਅਸੀਂ ਪਿਆਜ਼ ਨਾਲ ਨਮਕ ਲਗਾ ਕੇ ਖਾ ਲਈਏ, ਸ਼ਰਾਬ ਪੀ ਲਈਏ, ਇਹਦੇ ਨਾਲ ਕਿੰਨੀ ਸੱਚਾਈ ਹੈ? ਦੇਖੋ, ਸ਼ਰਾਬ ਵਿੱਚ ਕਦੇ ਵੀ ਕੋਈ ਸੱਚਾਈ ਨਹੀਂ ਹੈਗੀ, ਉਹ ਤੇ ਗਲਤੀ ਹੈ। ਤਾਂ ਵਿਟਾਮਿਨ ਸੀ ਹੈ, ਵਿਟਾਮਿਨ ਸੀ ਇਜ਼ ਗੁੱਡ ਆਬਵੀਅਸਲੀ, ਬਟ ਲਾਈਕ ਆਈ ਸੈਡ, ਜਿੱਦਾਂ ਮੈਂ ਕਹਿ ਰਿਹਾ ਕਿ ਜੇ ਤੁਸੀਂ 5 ਗਲਤ ਚੀਜ਼ਾਂ ਕਰ ਰਹੇ ਹੋ, ਇੱਕ ਵਿਟਾਮਿਨ ਸੀ ਲੈਣ ਨਾਲ ਤੁਸੀਂ ਨਹੀਂ ਐਕਸਪੈਕਟ ਕਰ ਸਕਦੇ। ਜਿੱਦਾਂ ਕਈ ਕਹਿੰਦੇ ਵਿਟਾਮਿਨ ਸੀ ਲੈ ਲੋਗੇ, ਪਾਣੀ ਗਰਮ ਪਾਣੀ ਨਾਲ ਪਾ ਕੇ ਲਓਗੇ, ਪਤਲੀ ਵੀ ਹੋ ਜਾਓਗੇ, ਡਾਈਜੈਸ਼ਨ ਵੀ ਅੱਛਾ, ਸਭ ਕੁਝ ਠੀਕ, ਉਹ ਗਲਤ ਨਹੀਂ ਹੋਊ, ਤੁਹਾਡਾ ਡਾਈਜੈਸ਼ਨ ਥੋੜਾ ਬੈਟਰ ਹੋ ਜਾਊਗਾ। ਇਹ ਕੋਈ ਮਹਾਮਾਰੀ ਇਹੋ ਜਿਹੀ ਹੈ ਜਿਹਦੇ ਨਾਲ ਮੌਤ ਹੀ ਹੋ ਜਾਣੀ ਸਾਰਿਆਂ ਦੀ? ਬਿਲਕੁਲ ਵੀ ਨਹੀਂ, ਚਿੰਤਾ ਦੀ ਕੋਈ ਗੱਲ ਨਹੀਂ। ਬਸ ਇਹ ਬਚਾਅ ਕਰਨੀ ਹੈ ਕਿ ਉਹਨਾਂ ਲੋਕਾਂ ਦੇ ਕੋਲ ਇਹ ਨਾ ਪਹੁੰਚ ਪਾਏ ਜਿਹੜੇ ਇਹਦੇ ਲਈ ਵਲਨਰੇਬਲ ਨੇ, ਜਿਹਨਾਂ ਨੂੰ ਐਕਚੁਅਲੀ ਥੋੜੀ ਜਿਹੀ ਬਿਮਾਰੀ ਨਾਲ ਦਿੱਕਤ ਹੋ ਸਕਦੀ ਹੈ, ਤੇ ਉਹਨਾਂ ਨੂੰ ਸਵਾਈਨ ਫਲੂ ਨਾਲ ਵੀ ਖਤਰਾ ਹੈ ਉਨਾ ਹੀ ਜਿੰਨਾ ਕਿ ਇਸ ਕੋਰੋਨਾ ਵਾਇਰਸ ਨਾਲ। ਬਿਲਕੁਲ, ਸਾਡੇ ਨਾਲ ਡਾਕਟਰ ਪਰਮਜੀਤ ਜੀ ਸਨ, ਤੁਸੀਂ ਦੱਸ ਰਹੇ ਨੇ ਕਿ ਸਾਵਧਾਨੀ, ਸਤਰਕਤਾ ਬਹੁਤ ਜ਼ਰੂਰੀ ਹੈ, ਲੋਕੀ ਆਪਣਾ ਧਿਆਨ ਰੱਖਣ, ਪੈਨਿਕ ਸਿਚੁਏਸ਼ਨ ਚ ਨਾ ਜਾਣ, ਤੇ ਖਾਸ ਤੌਰ ਤੇ ਉਹ ਲੋਕ ਜਿਹਨਾਂ ਦੀ ਤਬੀਅਤ ਸਹੀ ਨਹੀਂ ਰਹਿੰਦੀ, ਜਿਹਨਾਂ ਦੀ ਇਮਿਊਨਿਟੀ ਵੀਕ ਹੈ, ਉਹ ਆਪਣਾ ਖਾਸ ਤੌਰ ਤੇ ਧਿਆਨ ਰੱਖਣ। ਕੈਮਰਾ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ, PDC News 3।